ਵੀ ਮੰਡ ਪਹੁੰਚ ਗਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਾਣੀ ਸੁਕਾ ਦਿੱਤਾ, ਬੰਦ ਕਰੀ ਗਿਆ, ਹੁਣ ਤਾਂ ਚਾਹੀਦਾ ਇੱਕ ਮਾੜਾ ਜਿਹਾ ਸੌਖਾ ਜਿਹਾ। ਇੱਧਰ ਵੀ ਆਏ ਆਉਂਦੇ ਆ, ਠੀਕ ਹੈ ਜੀ। ਜੀਰੀ ਬਹੁਤ ਟੌਪ ਜੀ, ਉਧਰ ਤਾਂ ਮੈਂ ਮਾਰ ਗਿਆ ਤਾ ਗੇੜਾ। ਹਾਂ ਜੀਰੀ ਦਾ ਕੱਖ ਫੂਕਿਆ ਪਿਆ ਮੈਂ ਇਹਦਾ। ਸਭ ਤੇ ਵਧੀਆ ਚਾਚੇ ਬੱਟਾ ਖਰਚਾਉਣ ਨਾਲ ਸਪਰੇ ਮਾਰ ਦੋ, ਮਹਿੰਗਾ ਬਹੁਤ ਪੈਂਦਾ ਕੰਮ। ਸਾਈਡ ਨੂੰ ਲਾ ਲਾ ਮਾੜਾ ਗੱਡੀ ਨੂੰ। ਕਰ ਲਾ ਬੰਦ ਇੱਥੇ ਨੂੰ, ਦਰਖਤ ਦੀ ਛਾਵਾਂ ਦੇ ਕਿੰਨੀ ਸੋਹਣੀ ਆ। ਉਹ ਕਿਹੜਾ ਦਰਖਤ ਆ, ਉਹਨੂੰ ਕਿਆ ਕਹਿੰਦੇ ਉਹਨੂੰ, ਉਹ ਜਿਹੜਾ ਹਾਂ ਟਾਲੀ ਆ ਇਹ ਛਾਵਾਂ ਦੇਖ ਕਿੰਨੀ ਸੋਹਣੀ ਆ। ਇਹ ਜੀ ਪਿੰਡ ਦੇ ਗੱਬੇ ਹੋਵੇ ਕਿ ਨਹੀਂ, ਉਹਦਾ ਪਿਲਕਣ ਚਾਹੀਦੀ ਆ ਫਿਰ, ਜਾਂ ਉਹ ਹੋਵੇ ਹਾਂ ਪਿਲਕਣ ਦਾ। ਪਿਲਕਣ ਦੀ ਬਹੁਤ ਛਾਵਾਂ ਹੁੰਦੀ ਆ, ਉਹਦੀ ਵੀ ਛਾਵਾਂ, ਉਹਦੀ ਛਾਵਾਂ ਬਹੁਤ ਹੁੰਦੀ ਆ। ਤੂੰ ਕਿੱਥੇ ਦੇ ਕਹਿੰਦਾ ਡੇਕਾਂ ਲੈ ਕੇ ਜਾਣੀ ਆਪਾਂ ਨੇ, ਡੇਕਾਂ ਕਹਾਂ ਤੇ ਲੈ ਜਾਣੀ, ਤੈਨੂੰ ਖਾਊਂਗਾ ਡੇਕ ਜਮਾਂ ਹੀ ਛੋਟੀ ਗੋਲ। ਹਾਂ ਇਹੀ ਹੈ ਜਿਹੜੀ ਆ ਏ, ਆ ਦੇਖ ਦੋ ਤਿੰਨ ਮਹਾਂ ਤੂੰ ਪੰਜ ਸੱਤ ਪੱਟ ਤਾਂ ਲਿਆਉਂਦਾ, ਚੱਲ ਹੁਣ ਆਪਾਂ ਲੈ ਜਾਂਦੇ, ਆਪਾਂ ਲਿਆਂਦੇ ਆ। ਉੱਥੇ ਬਹੁਤ ਜੰਮੇ ਖੜੀਆਂ ਬੇਹੱਦ ਜਿੰਨੀਆਂ ਕਹਿ ਦੇ, ਧਾਨ ਦੱਸ ਧਾਨ ਠੀਕ ਹੈ, ਧਾਨ ਬਹੁਤ ਇੱਧਰ ਤੇ ਆਏ ਆ ਗਏ ਇੱਧਰ ਸੇ ਆਏ ਨੂੰ ਬਾਹ ਕਰਕੇ ਨਾ ਨਿਕਲਾ ਇੱਥੇ ਦਿਹਾੜੀ ਲਾ ਦੋ ਅੱਜ ਵਾਲੀ, ਠੀਕ ਹੈ ਨਾ, ਤਸੱਲੀ ਨਾ ਕਰ ਦੋ, ਤਸੱਲੀ ਨਾ ਕਰਕੇ ਸਾਈਡਾਂ ਵੀ ਚੱਕ ਦਿਓ ਮਾੜਾ ਮੋਟੀ ਜਿਹੀਆਂ ਹੋਈਆਂ, ਹੈਂ ਚੱਕ ਚੱਕਦੀ ਆ ਉਹ ਡਰੇਨ ਵਾਲਾ, ਆਹੋ ਡਰੇਨ ਵਾਲਾ ਵੀ ਐਸੇ ਲਾ ਦੇਣਾ, ਉਹ ਇੱਧਰਲਾ ਇੱਧਰਲੇ ਪਾਸੇ ਵੀ ਆਹ ਇੱਧਰ ਆਪਣਾ ਇਹਦੇ ਵੀ ਅਗਲੇ ਘੁੰਮ ਜਾਓ ਸਾਰੇ ਜੀ, ਇਹਦਾ ਬੱਟਾ ਘੁੰਮ ਲਿਓ ਬਜਾ ਲਿਆ ਪਰ ਜਿੱਥੇ ਤੁਹਾਨੂੰ ਕੱਖ ਯਾਦ ਦਿਖਦਾ ਦਿਹਾੜੀ ਉਰੀ ਲਾ ਦੋ ਅੱਜ ਵਾਲੀ, ਠੀਕ ਹੈ ਮੋਰੇ ਤਸੱਲੀ, ਕੰਮ ਆ ਮੈਂ ਜਾਣਾ ਕਿਤੇ, ਪਰ ਚਾਹ ਰੋਟੀ ਸਭ ਕੁਝ ਲਿਆਂਦਾ, ਠੀਕ ਹੈ ਆਹੋ ਆ ਜਾਓ ਫੜੋ ਆ ਜਾਓ ਰੋਟੀ ਕੋਲ ਨੂੰ ਆ ਜਾਓ ਉੱਥੋਂ ਫਾੜ ਲੈ ਕੇ ਅਸੀਂ ਹੋਰ ਕਹਾਂ ਜਾਵਾਂ। ਖੇਤ ਉਹ ਪਰ ਜੱਗੇ ਦੇ ਕਿਹਨੇ ਉਹ ਫੌਜੀ ਨੇ ਚਲਾਈ ਹੋਣੀ ਹੈ,
ਉਹਦਾ ਕਿਹੜਾ ਅੱਛਾ ਉਹ ਪਰਾਣਾ ਆਹ 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 ਸਾਨੂੰ ਅੱਛਾ ਉਹਨੇ ਵੀ ਲਾ ਲਿਆ ਇੱਥੇ ਤੇ ਪਾਣੀ ਐ ਕੱਢ ਲੈਂਦਾ ਹੈ ਇੱਧਰ ਤੁਸੀਂ ਬੰਦ ਕਰਿਓ ਪਾਣੀ ਕਾਬੂ ਕਰੇ ਕਾਬੂ ਵਿਚੋਂ ਵੀ ਨੀ ਲੋਟ ਆਉਂਦਾ ਇਹ ਤਾਂ ਇੱਕ ਟੱਕਾ ਜਿਹਾ ਵਿੱਚ ਰਹਿ ਕੇ ਜਦੋਂ ਵੱਜ ਜਾਂਦਾ ਕੰਮ ਨਾ ਸਪਰੇ ਲੋਟ ਆਉਂਦੀ ਨਾ ਹੱਥਾਂ ਨਾਲ ਵੀ ਨੀ ਚੱਲ ਚੱਲੋ ਲੋਟ ਨੀ ਆਉਂਦਾ ਉਹ ਮਾੜਾ ਮੋਟਾ ਮਾੜਾ ਮੋਟਾ ਹੁਣ ਇਹਦੇ ਸੁੱਕੀ ਪਈ ਹੁਣ ਸਪਰੇ ਅੱਜ ਸ਼ਾਮ ਨੂੰ ਮਾਰਨੀ ਹੈ ਜੇ ਮੀਂਹ ਨਾ ਆਇਆ ਇਹ ਖਾਲ ਪਰ ਵੀ ਉੱਧਰ ਨੀ ਖਾਲ ਪਰ ਵੀ ਫਿਰ ਆਵੇ ਸਾਫ਼ ਰਹਿਣੀ ਹੈ ਵੱਢਣ ਖਾਈ ਲੋੜ ਨਹੀਂ ਫਿਰ ਇਹਨੂੰ ਦੇਖਣੇ ਦੀ ਠੀਕ ਨੀ ਉਹ ਆਏ ਆ ਰਾਤ ਬਰਾਤ ਆਉਣਾ ਪਾਣੀ ਦੇਖਣਾ ਪੈਂਦਾ ਜਿੱਕਣਾ ਮਰਜ਼ੀ ਘੁੰਮੀ ਹਾਂ ਜੋ ਨੰਗੇ ਪੈਰੀ ਘੁੰਮੀ ਆ ਕੋਈ ਚੱਕਰ ਨੀ ਬੂਝਾ ਬਹੁਤ ਸੋਹਣਾ ਹੋਇਆ ਦਾਦਾ ਬੂਝਾ ਬਹੁਤ ਟੋਪ ਦਾ ਹੋਇਆ ਥੱਲੇ ਤੇ ਫਲਾ ਕਰੀ ਜਾਂਦੇ ਉੱਪਰ ਨੂੰ ਘੱਟ ਵੱਧਦੀ ਆ ਹੈ ਮੰਦਰੀ ਉਹ ਦੇਖ ਲਾ ਜੀਰੀ ਤਾਂ ਓਕੇ ਫਰਤੀਲਾ ਚਾਹੀਦਾ ਭਾਈ ਫੋਨ ਕਰਿਆ ਮੈਨੂੰ ਕੰਮ ਆ ਯਾਰ ਅੱਜ ਤੇ ਦੂਆ ਕਹਿੰਦਾ ਮੈਂ ਕਿਆ ਕਰੂੰਗਾ ਕੱਲਾ ਜਾ ਕੇ ਪਰਸ ਨੂੰ ਕਰ ਲੂੰਗੇ ਇੰਨੇ ਵੀ ਕੰਮ ਖਰਾਬ ਹੋ ਜਾਂਦਾ ਕੱਲਿਆ ਪਾ ਇਸ ਕੱਲਾ ਠੀਕ ਆ ਕੱਟ ਕਰ ਲਾ ਉਹੀ ਪਰ ਕੱਲਾ ਲੋਟ ਰਹਿੰਦਾ ਪਰ ਢੰਗ ਨਾਲ ਚੱਲਣਾ ਪੈਂਦਾ ਵਾ ਹੋਰ ਕੁਛ ਨੀ ਹੈਗਾ ਦੇਖਭਾਲੇ ਘਰੇ ਬੰਦਾ ਚਾਹੇ ਆਪ ਵੀ ਨਾ ਲੱਗੇ ਫਿਰ ਦੇਖਭਾਲ ਨਾਲ ਚੱਲੀ ਜਾਂਦਾ ਕੰਮ ਲੈ ਫੜੋ ਵਿੱਚ ਚਾਹ ਥੋੜੀ ਸ਼ਾਮ ਸਾਈਂ ਤਰਮੋਸ਼ ਭਰਿਆ ਪਿਆ ਹੁਣ ਮੈਂ ਫੋਨ ਕਰਿਓ ਸੁੱਖਾ ਜਿਹਾ ਨਾ ਵੜਦੇ ਲਾਗ ਲਾਗ ਵਿੱਚੋਂ ਕਿੱਡਾ ਹੁੰਦਾ ਮੀਂਹ ਹਵਾ ਹਵਾ ਤੇ ਹੁੰਦਾ
ਖਾਤਰ ਬਸ ਹੁਣ ਮੈਂ ਸਵੇਰੇ ਸੁੰਡੀ ਦੇਖੀ ਆ, ਮੈਨੂੰ ਸੁੰਡੀ ਨੀ ਮਿਲੀ ਇਹਦੇ ਚ, ਹੁਣ ਸਪਰੇ ਵੀ ਲਿਆ ਕਰਨੇ ਨੂੰ, ਫਿਰ ਰਹਿਣ ਦੇ ਹੈ, ਰੱਖ ਲਾ ਸਪਰੇ ਦਾ ਕਿਆ ਵਿਗਾੜ ਆ, ਸਪਰੇ ਕਰ ਦੇਣੀ ਮੈਂ, ਸਵੇਰੋ 100 ਟੱਕਾ ਬੋਲਤਾ ਹੋਣਾ, ਮੈਨੂੰ ਸੁੰਡੀ ਨੀ ਮਿਲੀ ਯਾਰ, ਫਿਰ ਰਹਿਣ ਦੇ, ਮੈਂ ਯਾਰ ਫੇਰ ਪੈ ਗਈ ਦੇਖੀ ਜਾਊਗੀ, ਦਵਾਈ ਦਾ ਕਿਤੇ ਨੀ ਚੱਲੀ, ਇਹ ਲੈ ਸੁੰਡੀ ਨੀ ਹੈਗੀ ਇਹਦੇ ਵਿੱਚ, ਬਾਈ ਗਿਰ ਗਈ ਸੁੰਡੀ ਹੇਠਾਂ ਲੈ, ਮੈਂ ਤਾਂ ਨਾ ਤੂੰ ਆਏ ਦੇਖ ਲੈ ਵੀ 15 ਮਿੰਟ ਮਿੰਟ ਮੈਂ ਨਾ ਸਾਰੇ ਕਿਤੇ ਖੋਲ ਕੇ ਦੇਖ ਲਿਆ, ਮੰਡੂ ਸੁੰਡੀ ਵੀ ਮਿਲੀ ਹੈਗੀ, ਫਿਰ ਜੇ ਮਰੇ ਗਈ ਹੋਣੀ ਜਾਂ ਥੱਲੇ ਗਈ, ਇਹ ਕਹਿੰਦਾ ਮਰ ਨਹੀਂ ਸਕਦੀ ਜੀ, ਮੈਂ ਤੂੰ ਆ ਕੇ ਦੇਖ ਲਈ, ਮੈਂ ਜ਼ਰੂਰ ਫਿਰ ਨਾਲੇ ਕਰਾਈ ਦਊਂਗਾ, ਨਾਲੇ 6000 ਦੀ ਦਵਾਈ ਆਈ ਹੈ ਯਾਰ, ਫਿਰ ਕਾਹਨੂੰ ਕਰਨੀ ਹੈ ਕਿ ਨਹੀਂ, ਤੇ ਜੇ ਹੈ ਹੀ ਨਹੀਂ, ਜੇ ਹੁੰਦੀ ਫਿਰ ਕਰ ਦਿਓ, ਮੈਂ ਇਹਨੂੰ ਉਹੀ ਦਵਾਈ ਆਪਾਂ ਕਬੋਲੇ 'ਚ ਕਰ ਦੂੰਗੇ ਫਿਰ, ਹਾਂ ਹੈ ਕਿ ਨਹੀਂ, ਉਹ 'ਚ ਕਰ ਦਿਓ, ਜਾਂ ਕਬੋਲੇ 'ਚ ਆਉਣੀ ਹੈ ਜਾਂ ਸੁੰਡੀ ਪੈਨੇ ਜਾਂ ਕਰ ਦੂੰਗੇ, ਜਦ ਕਰ ਦੂੰਗੇ, ਜਾਂ ਹੁਣ ਲੱਜ ਤੇ ਹੋਣੀ ਸਾਹਿਬ ਜੀ, ਤੁਹਾਨੂੰ ਦੱਸ ਪਹਿਲਾਂ ਹੁਣ ਉਹਦੇ ਕੋਈ ਅਸਰ ਵੀ ਨਹੀਂ ਪੈਣਾ, ਫਿਰ ਘਰ ਹੀ ਲੱਗਿਆ ਬਾਈ, ਆ ਦੇਖ ਸਾਰਾ ਚਿੱਟਾ ਪੱਤਾ ਖੁੱਲ ਗਿਆ, ਲੱਗ ਗਿਆ ਖੁੱਲਣ, ਇਹਦਾ ਪੱਤਾ ਕਰਤਾ ਕੌੜਾ, ਆ ਵੀ ਦੇਖ ਤਾ ਹੈ ਨਹੀਂ ਯਾਰ, ਮੈਂ ਤਾਂ ਬਹੁਤ ਫੁੱਲੀ ਆ ਹੁਣ, ਜੇ ਸਾਲੀ 100 ਮਾਂ ਤੇ ਕੋਈ ਉਹਦਾ ਤਾਂ ਕੋਈ ਉਹ ਨਹੀਂ ਹੈਗਾ, ਪਰ ਹੈ ਹੀ ਨਹੀਂ, ਇਹ ਲੈ ਦੱਸ ਮੈਨੂੰ ਕਿੱਥੇ ਸੁਣਦੀ, ਨਾ ਛਾਈ ਹਕੀ ਵੀ ਯਾਦ ਤੇ ਉਹ ਵੀ ਹੁੰਦੀ ਹਕੀ ਵੀ, ਇਹਨਾਂ ਸਾਲੀ ਰਾਤ ਰਾਤ ਹੀ ਭਰ ਦਿੰਦੀ ਆ ਇਹਨੂੰ, ਹੈ ਹੀ ਨਹੀਂ, ਮੈਂ ਤਾਂ ਬਹੁਤ ਫੁੱਲ ਕੇ ਦੇਖ ਲਿਆ, ਜਾਂ ਹੋਰ ਫੁੱਲ ਲਿਆਉਂਦੇ ਆ, ਅੰਬਰਸਰ ਨੂੰ ਕਰਿਆ ਤਾ ਫੋਨ, ਮਖਾ ਤੂੰ ਰਹਿਣ ਦੇ ਯਾਰ ਵੀ, ਲੋੜ ਤਾਂ ਹੈ ਨੀ, ਮੈਂ ਤਾਂ ਸਵੇਰ ਤੱਕ ਸੁੰਡੀ ਰੋਲ ਤਾਂ ਥੱਕ ਗਿਆ ਵੀ, ਕਹਿੰਦਾ ਸੁੰਡੀ ਲੱਭਦੀ ਨਹੀਂ ਮਿਲਦੀ ਹੈ, ਅਸੀਂ ਲੱਭਦੇ, ਕਹਿੰਦਾ ਇੰਨੀ ਤਾਂ ਸੁੰਡੀ ਆ, ਹੁਣ ਦੇਖ ਆ ਕੇ ਵੀ ਹੈ ਨੀ, ਮੈਂ ਸੁੰਡੀ 3 ਦਿਨ ਮੈਂ ਅਸਰ ਕਰਨਾ, ਤਾਂ ਪਰਸੋਂ ਸਿੱਟੀ ਆ, ਐ ਥੋੜੀ ਆ ਵੀ ਘੰਟੇ ਚ ਹੋ ਜਾਣਾ, ਪਰਸੋਂ ਉੱਥੇ ਸਿੱਟੀ ਆ, ਫੇਰ ਕਿਹੜਾ ਸਪਰੇ ਆ ਹੋਰ, ਉਹ ਨਹੀਂ ਫੇਰ ਤਾਂ ਕੋਈ ਫਾਇਦਾ ਨਹੀਂ ਚਾਚੇ ਸਪਰੇ ਕਰਕੇ, ਹੁਣ ਯਾਰ ਆਹ ਤਾਜੇ ਮੁੜੇ ਵੇ ਦੇ ਪੱਤੇ ਆ ਦੇ, ਹੁਣ ਸੁੰਡੀ ਉਰੇ ਦੇ ਇਹ ਵਿੱਚੇ ਹੋਣੀ ਚਾਹੀਦੀ ਸਾਲੀ, ਇਹ ਦੇਖੀ ਲੈ ਦੱਸ ਕਿੱਥੇ ਸੁੰਡੀ ਆ, ਮਰੀ ਪਈ ਆ ਦੇਖ, ਲੈ ਦਿਖਾ ਦੂੰਗੇ ਅੱਛ ਵੀਰ ਨੂੰ, ਆਹੋ ਲੈ ਆ ਪਈ ਆ ਸੁੱਕੀ ਵੀ, ਸੜਤੀ ਭੁੰਨ ਕੇ, ਸੜਤੀ ਸਾਲੀ ਭੁੰਨ ਕੇ, ਪੱਤਾ ਖਾਣਾ ਨੀ ਨਾ, ਕੌੜਾ ਹੋ ਗਿਆ, ਭੁੱਖੀ ਮਰਦੀ ਫਿਰ ਇਹ, ਭੁੱਖੀ ਮਰਦੀ, ਬੰਦੇ ਵਾਲੀ ਕੰਮ ਆ, 2 ਦਿਨ ਨਾਲ ਰੋਟੀ ਮਿਲੇ ਮਰਨ ਵਾਲੀ ਹੋ ਜਾਂਦਾ ਫਿਰ, ਜੇ ਥੱਲੇ ਉਤਰਦੀ ਤਾਂ ਪਾਣੀ ਚ, ਥੱਲੇ ਪਾਣੀ ਐ, ਲੱਠੂ ਕਿੱਧਰ ਨੂੰ, ਕੌੜਾ ਹੋ ਗਿਆ ਪੱਤਾ, ਕੌੜਾ ਹੋ ਗਿਆ, ਸਹੀ ਆ, ਫੇਰ ਹੁਣ ਹੈ ਚ ਵੀ ਦੇਖ ਲਾ, ਉਦਾਂ ਮੈਂ ਯਾਰ ਚਾਚੇ ਹੈ ਨੀ ਯਾਰ, ਸੁਣ ਤਾਂ ਲੈ, ਜਦੋਂ ਮੈਂ ਹੱਥ ਵੀ ਨਾਲ ਆਇਆ, ਮੈਂ ਸਵੇਰੋ 15 ਮਿੰਟ ਸਮਾਂ ਤੇ ਲੇਟ ਹੋ ਗਿਆ ਉਰੇ, ਮੈਂ ਕਿਹਾ ਸਾਲੀ ਸਿਰੇ ਥਾਈ ਫੋਲ ਕੇ ਦੇਖ ਆਇਆ, ਮੈਂ ਸਿਰੇ ਥਾਈ ਫੋਲ ਕੇ ਦੇਖ ਆਇਆ ਆ, ਮੈਨੂੰ ਸੁੰਡੀ ਨੀ ਲੱਜੀ ਹੈਗੀ, ਤੈਨੂੰ ਮੈਂ ਦੱਸਦਾ, ਇਹ ਆ ਦੇ ਮਰੀ ਪਈ, ਆ ਦੇ ਆਹ ਗਿਆ ਵੇ ਨਾ, ਇਹ ਦੱਸ ਸੁੰਡੀ ਕਿੱਥੇ ਆ, ਨਾ ਤਾਜ਼ਾ, ਤਾਜ਼ਾ ਹੀ ਆ ਸੁੰਡੀ, ਆਹ ਸੁੱਕੀ ਵੀ ਆ ਸੁੰਡੀ ਹੈ, ਹਗਿਆ ਪਿਆ ਆਏ, ਮਰ ਗਈ ਏ ਬਾਈ, ਭੁੱਖੀ ਮਰੀ ਆ ਹੁਣ, ਦੇਖੀ ਤਾਂ ਸਹੀ ਗੱਲ ਕੋਈ, ਭੁੱਖ ਹੜਤਾਲ ਕਰ ਗਈ ਯਾਰ, ਉਦਣ ਮੈਂ ਜਿੰਨੇ ਪੱਤੇ ਤੋੜੇ ਸਾਰੇ ਸੁੰਡੀ ਨਿਕਲਦੀ ਸੀ, ਯਾਰ ਕਿਣੀਆਂ ਪੈ ਗਈਆਂ ਨਾ ਇਹ, ਇਹ ਫੇ ਜਮਾ ਹੀ ਮਾਲ ਹੋ ਜਣੀ ਇਹ, ਜਮਾ ਪੱਤਾ ਖੁੱਲ ਜਾਣਾ, ਇਹਦੇ ਮੈਂ ਸੁੰਡੀ ਹੈ ਨਹੀਂ ਸਾਹਿਬ, ਪੱਤੇ ਨੂੰ ਟਾਈਮ ਲੱਗੂਗਾ, ਚਿੱਟਾ ਹੁੰਗਾ ਯਾਰ, ਮੇਰੀ ਗੱਲ ਚਿੱਟਾ ਹੋਣਾ, ਪੱਤੇ ਨੇ ਖੁੱਲਣਾ ਆਪਣੇ ਆਪ, ਖੁੱਲਣਾ ਹਜੇ ਸੁੰਡੀ ਵਿੱਚ ਹੈ ਨਹੀਂ, ਜਿੰਨੀ ਮਰਜ਼ੀ ਫੋਲ ਕੇ ਦੇਖ ਲਾ, ਉਹ ਮੈਂ ਤੈਨੂੰ ਦੱਸਦਾ ਉਦਣ ਮੈਂ ਜਿੰਨੇ ਵੀ ਪੱਤੇ ਤੋੜੇ ਆ ਸਭ ਦੇ ਸੁੰਡੀਆਂ ਨਿਕਲ ਦੇਤੀਆਂ, ਮੈਂ ਤਾਂ ਦੇਖ ਲਿਆ ਵੀ ਆਹ ਸੌਦਾ ਲੋਟ ਹੈ ਜਿਹੜਾ ਹੈ ਪਟਾਕੂ, ਹਾਂ ਪਟਾਕੂ ਵਾਲਾ, ਪਟਾਕੂ ਤੇਜ਼ ਹੈ, ਇਹਨੂੰ ਸੁੱਟਦੇ ਸਾਲੀ ਨੂੰ, ਨਾ ਕੋਈ ਖਾਜ ਹੁੰਦੀ ਹੈ, ਨਾ ਚੜ੍ਹਨੇ ਦਾ ਖਤਰਾ, ਨਾ ਕੁਛ, ਹਾਂ
ਆਰਾਮ ਨਾਲ ਸਿੱਧੀ ਜਾ ਚੱਕਣਾ ਮਰਜ਼ੀ ਝੱਗਾ ਖੋਲੀ ਫਿਰੀ ਜਾ ਇਹ ਦੂਈ ਨੂੰ ਮੈਨੂੰ ਪਾ ਕੇ ਦਿਖਾ ਦੀ ਝੱਗਾ ਖੋਲ ਕੇ ਪਟਾਕੂ ਸਭ ਤੇ ਲੋਟ ਹੈ ਸਭ ਤੇ ਲੋਟ ਹੈ ਪਰ ਜਦ ਹੁਣ ਹੈ ਹੀ ਨਹੀਂ ਯਾਰ ਫਿਰ ਤਾਂ ਕੋਈ ਫਾਇਦਾ ਨਹੀਂ ਸਪਰੇ ਦਾ ਯਾਰ ਪੈਸੇ ਉਹੀ ਕਾਹਨੂੰ ਖਰਾਬ ਕਰਨੇ ਆ ਕਹਿੰਦਾ ਯਾਰ ਹੀ ਨਹੀਂ ਕਹਿੰਦਾ ਮੈਂ ਭਈਏ ਕਰੇ ਵੇ ਮੈਂ ਭਈਏ ਕਰੇ ਵੇ ਹੁਣ ਵਾਲੀ ਭਈਏ ਕਰੇ ਵੇ ਲੈ ਦਿਖਾ ਕਿਹੜੀ ਸੁੰਡੀ ਹੈ ਥਲੀ ਸੁੰਡੀ ਤਾਂ ਮੈਂ ਦੇਖਦਾ ਥੱਕ ਗਿਆ ਸਵੇਰ ਦਾ ਵੀ ਕਿੱਥੇ ਗਈ ਇਹ ਨਹੀਂ ਥਲੀ ਐਂ ਫਿਰਦੀ ਤੀ ਉਹ ਇੱਕ ਅੱਧੀ ਤਾਂ ਦਿਖੇ ਉਹੀ ਤਾਂ ਗੱਲ ਹੈ ਯਾਰ ਪੱਤਾ ਖੁੱਲ ਗਿਆ ਸਾਹਿਬ ਉਹ ਜਿਹੜਾ ਚਿੱਟਾ ਪੱਤਾ ਦਿਖਦਾ ਤੈਨੂੰ ਖੁੱਲ ਗਿਆ ਬਹੁਤ ਘਟ ਗਿਆ ਊਂ ਵੀ ਘਟ ਗਿਆ ਯਾਰ ਪਹਿਲਾਂ ਨਹੀਂ ਯਾਰ ਤੂੰ ਹਵਾ ਆਉਂਦੀ ਹੈ ਮੀਂਹ ਆਉਂਦਾ ਮਾੜਾ ਮੋਟਾ ਜਿੱਥੇ ਸਾਰੇ ਨੇ ਖੁੱਲ ਜਿਹੜਾ ਸੁੰਡੀ ਹੈ ਨਹੀਂ ਆ ਦੇਖ ਆ ਵੀ ਖੁੱਲ ਗਿਆ ਪੱਤਾ ਖੁੱਲ ਗਿਆ ਪੱਤੇ ਹੁਣ ਤਾਂ ਕੋਈ ਫਾਇਦਾ ਨਹੀਂ ਆ ਸਪਰੇ ਦਾ ਮੇਰਾ ਭਾਈ 4 ਕਿੱਲਿਆਂ ਦੀ ਲਾਮ ਖੋਲ ਕੇ ਆ ਗਿਆ ਕੁਝ ਨਹੀਂ ਹੈਗਾ ਕੁਛ ਨਹੀਂ ਹੈਗਾ ਸੁੰਡੀ ਸੰਡੀ ਹਾਂ ਸਹੀ ਫੋਲ ਕੇ ਆ ਗਿਆ ਮੈਂ ਤਾਂ ਦੇਖ ਲਿਆ ਆ ਵੀ ਦੇਖ ਖੜ ਭਈ ਫਿਰੀ ਜੇ ਰਾਤ ਨੂੰ ਹੈ ਸਾਹਮਣੇ ਹੋ ਕੇ ਖੜ ਦੇਖ ਦੇਖਦੀ ਉਹਦੇ ਤੇ ਉਹ ਹਾਲ ਹੈ ਬੰਨ ਦੇਖਦਾ ਉਹਦੇ ਹੈਂ ਖਾਲੇ ਖਾਲ ਬੰਨ ਬੜਾ ਬੜਾ ਢੀਲਾ ਹੋਇਆ ਇਹਦੇ ਵਿੱਚ ਸਪਰੇ ਕਰਨੀ ਖਾ ਸੁੱਕੀ ਆ ਹੁਣ ਉਹਦੇ ਬਾਅਦ ਵਢਾਈ ਗਈ ਸਤਿ ਸ੍ਰੀ ਅਕਾਲ ਹੁਣ ਉਰੇ ਵੀ ਬੰਦ ਆ ਮੋਟਰ ਬੰਦ ਆ ਮੋਟਰ ਉਰੇ ਵੀ ਹੁਣ ਸਤਾਉਂ ਕੇ ਲਾਉਣਾ ਉਰੇ ਇਹ ਮੋਟਰ ਤਾਂ ਕਈ ਦਿਨੋਂ ਬੰਦ ਹੋਈ ਨਹੀਂ ਪਾਣੀ ਖੜਾ ਤਾਂ ਨਾ ਇਹਨੂੰ ਲਵਾਇਆ ਤਾਂ ਨੀ ਸੋਕਾ ਸੋਕਾ ਕਿੱਥੇ ਹੁਣ ਲਵਾਉਂਗੇ ਯਾਰ ਹੁਣ ਲੱਗਣਾ ਇਹਨੂੰ ਤਾਂ ਜਦ ਤੇੜ ਪਈ ਵੀ ਪਾਣੀ ਨਹੀਂ ਪੂਰਾ ਹੁੰਦਾ ਇਹ ਤਾਂ ਪਹਿਲਾਂ ਸੋਕਾ ਲਵਾ ਦੇ ਇਹਨੂੰ ਖੇਤ ਨੂੰ ਫਿਰ ਤੂੰ ਪਾਣੀ ਨਾ ਪੂਰਾ ਕਰ ਗਿਆ ਉਰੇ ਦੂਜਾ ਤਾਂ ਉਹਨੇ ਪਾਣੀ ਕੀ ਕਰਨਾ ਗਾਰੇ 'ਚ ਹਾਂ ਗਾਰੇ 'ਚ ਜੇ ਸੋਕਾ ਲੱਗ ਗਿਆ ਤਾਂ ਤੇੜਾ ਵੀ ਪਾਣੀ ਪੈਣਾ ਬੂਝੇ ਨਹੀਂ ਕਰਨਾ ਹੁਣ ਬੂਝਾ ਕਰਕੇ ਹੁਣ ਹਵਾ ਲਵਾ ਦੇਣੀ ਬਸ ਇਹਨੂੰ ਹੁਣ ਕੋਈ ਚੱਕਰ ਤੇੜ ਪਵਾ ਦੇਣੀ ਹਵਾ ਕਿਆ ਤੇੜ ਪਵਾ ਦੇਣੀ ਫਿਰ ਆਪਣਾ ਜਿੱਦਾਂ ਮਰਜ਼ੀ ਨੇ ਬੀਜੇ ਸਪਰੇ ਕਰਦਾ ਹੁਣ ਸਾਈਡਾਂ ਸੁੱਡਾ ਸਭ ਸਪਰੇ ਮਾਰੀ ਵੀ ਅਸੀਂ ਇਹਦੇ ਰੜਾ ਪਿਆ ਦੇਖ ਲਾ ਜਿੱਦਾਂ ਮਰਜ਼ੀ ਫਰੀ ਆ ਰਾਤ ਨੂੰ ਨੱਟਦਾ ਭੱਜਦਾ ਕਿਹੜੀ ਕਿ ਝੱਟ ਪੱਟ ਕਰੀ ਰਾਊਂਡ ਅਪ ਝੱਟ ਪੱਟੇ ਆ ਝੱਟ ਪੱਟੇ ਮਾਰੀ ਯਾਰ ਮੇਰੀ ਗੱਲ ਸੁਣ ਲਾ ਉਹਨਾਂ ਯੂਰੀਆ ਪਾ ਦੇ ਮੈਂ ਯੂਰੀਆ ਰੱਖਿਆ ਬਤਾ ਉਹਦੇ ਝਟਪਟ ਚ 2 2 ਕਿਲੋ ਯੂਰੀਆ ਪਾਇਆ ਮੈਂ ਵੀ ਪਾਉਂਦਾ ਯੂਰੀਆ ਨੇ ਜਮ ਹਾਂ 2 ਕਿਲੋ ਯੂਰੀਆ ਚਾਹੀਦਾ ਉਹਨੇ ਫੂਹੜ ਡਾਂਦਾ ਉਹ ਯੂਰੀਆ ਫੂਕਦਾ ਉਹਨੂੰ ਫਿਰ ਹਾਂ ਉਹਦੇ ਚੱਕ ਦਿੰਦੀ ਆ ਇਹ ਚੱਕ ਦਿੰਦੇ ਸਮਝਿਆ ਉਹ ਮੈਂ ਤੇਰੇ ਧੰਨ ਵਾਲੀ ਦਵਾਈ ਜਿਹੜੀ ਸਾਰੀ ਉਹ ਕਰਤੀ ਗਿਆ ਇੱਧਰ ਨੂੰ ਆਹ ਖੜਾ ਦੇ ਬਾਈ ਇੱਕਣਾ ਮਰਜ਼ੀ ਖੜ ਜਾ 10 ਮਿੰਟ ਕੋਈ ਚੱਕਰ ਨਹੀਂ ਚੱਲੀਏ ਚੱਲ ਫਿਰ ਚੱਲ ਇਹਨੂੰ ਰਹਿਣਾ ਇਹਨੇ ਸਿਆਲ ਮੇ ਤਾਂ ਪੱਤਾ ਝੜ ਜਾਂਦਾ ਪੱਟ ਫਿਰ ਨਰਮ ਨਰਮ ਜੀਆਂ ਪੱਟ ਲੈ ਫਿਰ ਘਰਾਂ ਵੀ ਲਾ ਦੂੰਗਾ ਲਾ ਕੇ ਲੈ ਜਾਣੀ ਮੈਂ ਘਰਾਂ ਵੀ ਲਾਉਣੀ ਮੈਂ ਬਾੜੇ ਚ ਲਾਉਣੀ ਇੱਕ ਠੀਕ ਨੀ ਖੜੀ ਬਹੁਤ ਨਾ ਨਰਮ ਹੈ ਇਹ ਤਾਂ ਜੰਮਣੀਆਂ ਬਹੁਤ ਆ ਬਹੁਤ ਨਾ ਨਾ ਲੈ ਲਾ ਹੋਰ ਇੰਨੀਆਂ ਕਿੰਨੀਆਂ ਬਹੁਤ ਹੋ ਗਈਆਂ ਇਹ ਉਹ ਇੱਕ ਇੱਕ ਨੇ ਦੋ ਦੋ ਤਿੰਨ ਤਿੰਨ ਲਾਉਣੀਆਂ ਪੈਣੀਆਂ ਤਾਂ ਜਾਂ ਚ ਹੋਣੀਆਂ ਇਹ ਪੱਟ ਲਾ ਪੰਮਾ ਬਾਈ ਵੀ ਕਹਿੰਦਾ ਸੀ ਮੈਂ ਬਾਈ ਸੱਚ ਵੀ ਤੇ ਜਨਮ ਦਿਨ ਵਾਲੇ ਦਿਨ ਇੰਨੀਆਂ ਡੇਕਾ ਲਾਉਣੀਆਂ ਹੈ ਲਾਉਣੀ ਆ ਜਾਣ ਦੇ ਉਹਨੂੰ ਤੇ ਲਾਉਂਦੇ ਆ ਸ਼ਾਮ ਨੂੰ ਚੱਲ ਬਹੁਤ ਬਹੁਤ ਹੈ ਪਣਾ ਦੇਖ ਕੇ ਹਜਾ ਆ ਹਾ ਵਾਹ ਛਾਵਾਂ ਕਰਦੀਆਂ ਸਭ ਦੀਆਂ ਮੋਟਰਾਂ ਪਰ
ਗੱਲ ਬਣ ਗਈ। ਕਾਗਜ਼ ਚਾਹੀਦਾ ਤਾ ਯਾਰ, ਇੱਥੇ ਦੇਖ ਲੈਂਦੇ ਹੋ ਆਦੇ ਪਿਆ, ਧੋ ਲਾ ਇਹਨੂੰ ਮਾੜਾ ਜਿਹਾ, ਧੋ ਲਾ ਵਿੱਚ ਪਾ ਦੇ ਇੱਕ ਸਾਈਡ ਜੀ ਤੇ ਕੱਢ ਕੇ ਬਸ ਧੋ ਲਾ ਪਹਿਲਾਂ ਮਾੜਾ ਜਿਹਾ ਧੋਣੀ ਨੂੰ ਕਿਹਾ ਬਿਸਕੁਟ ਉਹ ਬਾਹਰ ਤੇ ਲਿਬੜਿਆ ਜਾਣਾ, ਲਿਬੜਨਾ ਤਾਂ ਹੈਗਾ ਯਾਰ ਇਹਨਾਂ ਨੂੰ ਬੜਾ ਕਾਗਜ਼ ਚਾਹੀਦਾ। ਦੇਖਾਂ ਹੋਰ ਵੀ ਬਾਕੀ ਬਾਈ, ਜੇ ਕਿਸੇ ਨੇ ਦੁਕਾਨ ਵਾਲੇ ਜਾਣੀ ਹੋਣ ਚਾਚੇ ਨਾਲ ਸੰਪਰਕ ਕਰ ਲਿਓ। ਆਹ ਪਪੀਤੇ ਦੇ ਬੂਟੇ ਲਾਏ ਪਿਆ ਤੇ ਉਹ ਪਾਲੀ ਸਾਈਡ ਵੀ ਲੱਗਿਆ ਪਿਆ ਮੇਰੇ ਘਰਾਂ ਬਹੁਤ ਪਹਿਲਾਂ ਦੇਖੀ ਜਾਵਾਂ ਉਹ ਪਰਾਂ ਵੀ ਟਿਕਾਣੇ ਆ ਨਾ ਚਾਚੇ। ਲਫਾਫੇ ਨੂੰ ਬਾਹਰ ਤੇ ਹੁਣ ਬਣ ਗਈ ਜ਼ਿੰਦਗੀ ਮੂਹਰੇ ਗਿਆ। ਇਹ ਰਸੋਈ ਆ, ਰਸੋਈ ਆ ਆ ਚੁੱਲ੍ਹਾ ਪਿੱਛੇ ਪ੍ਰੋਜੈਕਟਾ ਫਿਰ ਆ ਬਾਥਰੂਮ ਠੀਕ ਆ ਇੱਥੇ ਹੈ ਪਰਾਂ ਪਿੱਛੇ ਯਾਰ ਅੱਛਾ ਪਿੱਛੇ ਬਣਾਉਣਾ ਇੱਧਰ ਆ ਅੱਜ ਦੇਖਤਾ ਅੱਜ ਠੇਟਾ ਬਈ ਉੱਥੇ ਜੱਠਾ ਬਣਾ ਲੈਣਾ ਉੱਥੇ ਉਹਦਾ ਪਰਾਂ ਬਾਥਰੂਮ ਹੈ ਪਰਾਂ ਬਾਥਰੂਮ ਹੈ ਉਹਦਾ ਬਣਾ ਲੈਣਾ ਜੱਠਾ ਵੀ ਬਣਾਉਣਾ ਜੱਠਾ ਬਣਾਉਣਾ ਹੈ ਨਾ ਤੂੰ ਜਿਹੜਾ ਬੜਾ ਮੁੱਟਾ ਠੀਕ ਨਹੀਂ ਕਹਿੰਦਾ ਜਿਹੜਾ ਜਿਹੜਾ ਬਣਾਉਣਾ ਪੈ ਉਹ ਪਾਣੀ ਕਿੱਥੇ ਠੀਕ ਹੈ ਉਹ ਪਾਇਆ ਠੀਕ ਹੈ ਬੱਚਾ ਇੰਨੇ ਦਾ ਫਿਰਦੇ ਬੰਦੇ ਇੰਨਾ ਪਾਉਂਦੇ ਪਾਉਂਦੇ ਲੈਂਟਰੇ ਪਵਾਤਾ ਨਾਲ ਝਾਲਰ ਨੇ ਕਿਉਂਕਿ ਯਾਦ ਵਾਲੇ ਹੁਣ ਟੌਰ ਬਣ ਗਈ ਵਧੀਆ ਜੀ ਹੁਣ ਚਾਹੇ ਗੋਲ ਪਾਉਣੀ ਯਾਦ ਲੋਹੇ ਵਾਲੀ ਇੱਕ ਵਾਰੀ ਰੋਕ ਵੱਢ ਹੋ ਗਿਆ ਠੀਕ ਨਹੀਂ ਗੱਲ ਹੋਰ ਕਿਆ ਨਹੀਂ ਟੀਨ ਨਾਲ ਅੱਧ ਵਿਚਾਲੇ ਰਹਿਣਾ ਦਾ ਕੰਮ ਬੜ ਵੀ ਖੁੱਲਾ ਗਿਆ ਖੁੱਲਾ ਗਿਆ ਇਹਨਾਂ ਜਿਆਦਾ ਉੱਪਰ ਵਿੱਚ ਉੱਪਰ ਵੀ ਪਾ ਲਾ ਚੋ ਇੱਕ ਕਮਰਾ ਹਾਂ ਇਹਦੇ ਮੂਹਰੇ ਟੀਨਾਂ ਪਾਣੇ ਯਾਰ ਹੋਈ ਪਰ ਇਹਦੇ ਥੱਲੇ ਲੈਂਟਰ ਕਢਾ ਤਾ ਉੱਪਰ ਨੂੰ ਥੱਲੇ ਰੱਖ ਕੇ ਪਾਣੀ ਆ ਨੀਵੀਂ ਆ ਠੀਕ ਨੀ ਨਾਲੇ ਦਰਵਾਜ਼ਾ ਬਚਾ ਲੈਣਾ ਹੁਣ ਉੱਧਰ ਟਾਕੀ ਵਜੀ ਰਹਿਣੀ ਚੇ ਝਾਲਰ ਆ ਗਈ ਉੱਪਰ ਝਾਲਰ ਆ ਗਈ ਯਾਰ ਉੱਪਰ ਬਈ ਆਵਣਾ ਮੰਜਾ ਡਾ ਕੇ ਹਵਾ 'ਚ ਪੱਕਾ ਚੌਲ ਕਰਤੇ ਅੱਜ ਤੂੰ ਲਾਂਗਾ ਰੋਪੜ ਨੂੰ ਮੈਨੂੰ ਕੰਮ ਜਿਹਾ ਪੈ ਗਿਆ ਉੱਥੇ ਗਏ ਤਾਂ ਕਰਤੇ ਚੌਲ ਮੈਂ ਰਾਤ ਨੂੰ ਆਉਣਾ ਇਹਨੇ ਕਿਹਨੇ ਜੀ ਨਾ ਹੋਰ ਕਿਹਨੇ ਮੈਂ ਤੈਨੂੰ ਕਿਹਾ ਰੱਖ ਦਿੰਦਾ ਚੌਲ ਰੱਖ ਲੈਂਦਾ ਕਿਆ ਬਈ ਪੂਰੇ ਹੀ ਹੋਏ ਫਿਰ ਹਾਂ ਕਿੰਨੇ ਲਿਆਇਆ ਤਾ ਕਿਲੋ ਹੁੰਦਾ ਪਤੀਲਾ ਭਰ ਗਿਆ ਤਾ ਫਿਰ ਹੋਰ ਕਿਆ ਪਾਇਆ ਵਿੱਚ ਸਵਾਦ ਬਹੁਤ ਤੇ ਕਿਆ ਪਾਇਆ ਵਿੱਚ ਰਾਮ ਕਾਜੂ ਦਾਖਾ ਇਹ ਮੈਚੀ ਛੋਟੀ ਸੇਵਾ ਕਿਹਦੇ ਵੱਲ ਤੇ ਕਿਆ ਸੇਵਾ ਸੇਵਾ ਮਾਸੜੇ ਲਿਆਇਆ ਦਾ ਅੱਛਾ ਮਾਸੜ ਵੱਲ ਤੇ ਲੱਗੀ ਹਾਂ ਚੱਲ ਫੇਰ ਠੀਕ ਪਊਗਾ ਪਤਾ ਨਹੀਂ ਪਊਗਾ ਵੀ ਸੇਵਾ ਲੱਗ ਗਈ ਠਾਉਣੇ ਵਾਲਾ ਆਪਾਂ ਕਰ ਦੂੰਗੇ ਫਿਰ ਠੀਕ ਨਹੀਂ ਗੱਲ ਵਾ ਠਾਉਣੇ ਵਾਲਾ ਆਪਾਂ ਕਰ ਦੂੰਗੇ ਜੇ ਪੈਣ ਲੱਗ ਗਿਆ ਚੱਲ ਓਏ ਠਾਉਣੇ ਵਾਲਾ ਵੀ ਕਰ ਦੇਣਾ ਆ ਇਹ ਮਾਸੜ ਦੀ ਸੇਵਾ ਲੱਗੇ ਜਾਣੀ ਆ ਚਾਹੀਦਾ ਮੀਂਹ ਦਾ ਯਾਰ ਮੀਂਹ ਹੋਇਆ ਨਹੀਂ ਬਾਈ ਚਾਹੀਦਾ ਮੀਂਹ ਨਹੀਂ ਹੋਇਆ ਹੈਗਾ ਪੈਜਾਂ ਹੁੰਦੀਆਂ ਫੇਰ ਆਪਾਂ ਕਹਿ ਸਕਦੇ ਕੱਢਾ ਬਾਹਰ ਨੂੰ ਕੱਢ
ਬੈਕ ਲੱਗ ਜੂ ਉਹਨੂੰ ਕਿਆ ਬੈਕ ਬੈਕ ਕਿਉਂ ਬਾੜਿਆ ਇਹਨੇ ਕਹਿੰਦਾ ਉਹਨੂੰ ਬਾੜਿਆ ਇਹਨੇ ਕਰਿਆ ਤਾਂ ਉਹਦੀ ਨੂੰ ਆ ਮੋਰੇ ਤੇ ਦੇਖ ਲਈ ਤੂੰ ਵੀ ਜੱਚਦਾ ਬੈਠਾ ਉੱਪਰ ਮੈਂ ਕਿਹਾ ਜੱਚਦਾ ਦਾਣੇ ਗਿਣਦਾ ਆਏ ਨੇੜੇ ਰੱਖ ਨੇੜੇ ਰੱਖ ਕੇ ਆਏ ਮੋੜ ਦੀ ਚੱਲ ਚੱਲ ਉਹਦਾ ਪਤਾ ਅੱਗੇ ਗਾ ਨੇੜੇ ਰੱਖ ਹੋਰ ਕੱਢਦੇ ਨਹੀਂ 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 ਅੱਗੇ ਕਰ ਲਾ ਅੱਗੇ ਕਰ ਲੋ ਲਾ ਲਾ ਲੋ ਕੱਢ ਦੇ ਤੂੰ ਸਾਈਡ ਨੂੰ ਕੱਢਦਾ ਚੱਲ ਚੱਲ ਭਾਈ ਦੇਖੀ ਇੱਧਰ ਨਹੀਂ ਰਹਿਣ ਦੇ ਰਹਿਣ ਦੇ ਖੜ ਜਾ ਚੱਲ ਚੱਲ ਲੰਘ ਗਿਆ ਵਾਧੂ ਜਗ੍ਹਾ ਵਾਧੂ ਚੱਲ 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 ਸਿੱਧਾ ਕਰਦੇ ਸਿੱਧਾ ਸਿੱਧਾ ਕਰ ਲਾ ਮਾੜਾ ਜਿਹਾ ਹਾਂ
ਗਲਤ ਖਿੱਚ ਗਿਆ ਹੁਣ ਉਹ ਮਾੜਾ ਖਿੱਚ ਬੈਕ ਕਰ ਲਾ ਉਹ ਲੀਕ ਕਰ ਲਾ ਪਰ ਬੈਕ ਕਰ ਦੇ ਚੱਲ ਜਿੱਤ ਗਿਆ ਪਾਵਰ ਕਰਕੇ ਥੋੜਾ ਔਖਾ ਹੁੰਦਾ ਸਾਡੇ ਵਾਂਗ ਅਜੇ ਥੱਕ ਜਾਂਦਾ ਚਾਹੀਦੇ ਫੁੱਲ ਜਾਣੇ ਤੂੰ ਵੀ ਖੱਲੀਆਂ ਪੈ ਜਾਣੀਆਂ ਚੱਲ ਚੱਲ ਲੈ ਚੱਲ ਮੈਂ ਆ ਗਿਆ ਤੂੰ ਨੀ ਬੈਠਿਆ ਹੈਗਾ ਉਹ ਹੈਵੀ ਡਰਾਈਵਰ ਆ ਮੁੜੇਗਾ ਨਹੀਂ ਤਾਂ ਰੇੜੇ ਨੂੰ ਲੱਗ ਜਾਣਾ ਨੇੜੇ ਲੈ ਕੇ ਜਾਣਾ ਤਾਂ ਪਰਾਂ ਰੱਖ ਕੇ ਮੁੜੋ ਨਾ ਦੋ ਖਾਨੇ ਰਹਿ ਗਏ ਦੇਖਦੇ ਇਹਨੂੰ ਵੀ ਹੈਗਾ ਯਾਰ ਉਹ ਥੱਲੇ ਉਤਰਿਆ ਵਾ ਚੋਇਆ ਵਾ ਕੋਈ ਚੀਜ਼ ਉਹ ਦੇਖ ਉਹ ਖਾਨੇ ਚ ਦੇਖ ਉਹੀ ਚੋਈ ਹੋਈ ਆ ਸੈਂਡਲ ਮਾਰਿਆ ਯਾਰ ਜਿਹਦੇ ਚੋਇਆ ਹੋਇਆ ਜਲੂ ਆਓ ਤੇ ਪਾਣੀ ਵੀ ਆਪਣਾ ਪੇੜਾ ਇਹ ਡੱਡੂ ਵਰਗਾ ਟਰਾਲਾ ਕਰਤਾ ਰੰਗ ਦਾ ਉਹੀ ਤਾਂ ਚੱਕਰ ਆ ਉਹ ਤਵੀਆਂ ਬਣਾ ਬੈਠ ਜਲੂ ਆ ਦੇ ਕਿਤੇ ਪਾਰ ਨਾ ਕੱਢ ਲਵੇ ਫਿਰ ਰੌਲਾ ਪਾਉਣਾ ਤੈਂ ਗੈ ਲੋਕੇ ਥੋੜ੍ਹਾ ਰੱਖ ਥੋੜ੍ਹਾ